गऊ दुध दिंदी सी, बच्चा दिंदी सी, हल जोड़दे सी। साडा कारोबार असीं बुरे ने हल बाह के पछाड़े ने बाहे, पर सारे नहीं बाहे। ਉਹ ਸਾਨੂੰ ਅਸੀਂ ਉਹਨੂੰ ਮਾਂ ਗਊ ਮਾਤਾ ਦਾ ਨਾਂ ਦਿੱਤਾ। ਪਰ ਗਊ ਮਾਤਾ ਦਾ ਮੈਂ ਥੋੜ੍ਹਾ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂ। ਜਿਹੜੀਆਂ ਆਰ ਐਸ ਐਸ ਹੈ ਇਹਦਾ ਡੋਗਲਾ ਡੋਗਲਾ ਚਿਹਰੇ ਡੋਗਲਾ, ਇੱਕ ਪਾਸੇ ਤਾਂ ਕਹਿੰਦੇ ਇਹਨੂੰ ਗਊ ਰਕਸ਼ਾ ਸੀ, ਇਹਨੂੰ ਮਾਰ ਨਹੀਂ ਦਿੰਦੇ, ਇਹਦੀ ਬੇਅਦਬੀ ਨਹੀਂ ਹੋਣ ਦਿੰਦੇ। ਆਹ ਪਿੱਛੇ ਯੂਪੀ ਦੇ ਵਿੱਚ ਗਊ ਦਾ ਪੋਸ ਲਹੂਗਾ ਨੂੰ ਕੁੱਟ ਕੁੱਟ ਕੇ ਮਾਰਤਾ, ਠੀਕ ਹੈ ਨਾ, ਵੀ ਇਹ ਗਊ ਦਾ ਮਾਸ ਰਿੰਨ ਕੇ ਖਾਣਗੇ। ਅੱਜ ਚੋਣਾਂ ਦੇ ਵਿੱਚ ਕੀ ਕਰਦੇ ਨੇ, ਪੱਛੀ ਦੀ ਗੱਲ ਕਰੀ, ਤੁਹਾਨੂੰ ਵਧੀਆ ਗਊ ਦਾ ਮਾਸ ਦੇਵਾਂਗੇ ਇਹ ਬੋਲਦੇ ਨੇ। ਇਹਨਾਂ ਦਾ ਚਿਹਰਾ ਮੋਹਰਾ ਦੇਖ ਲਓ, ਦੂਰੀ ਦੀ ਚਿਹਰਾ ਦੀ, ਇੱਕ ਪਾਸੇ ਗਊ ਦੀ ਲੜ ਰਿਹਾ ਸੀ, ਕਹਿੰਦੇ ਗਊ ਰੱਖਿਆ, ਇੱਕ ਪਾਸੇ ਜਿੰਨੀ ਹਿੰਦੁਸਤਾਨ ਦੇ ਵਿੱਚ ਨੌ ਕਾਰਖਾਨੇ ਨੇ, ਵੱਡੇ ਝੜਖਾਨੇ, ਉਹਨਾਂ ਦੇ ਮਾਲਕ ਅੱਧਾ ਬੁੱਧ ਹਿੰਦੂ ਨੇ, ਠੀਕ ਹੈ ਨਾ। ਇਹ ਕਰਕੇ ਮਤਲਬ ਇਹਨਾਂ ਦੀ ਜਿਹੜੀ ਬੜੀ ਦੋਗਲੀ ਨੀਤੀ ਹੈ। ਦੂਜੀ ਮਿੱਤਰੋ, ਇਹ ਤਾਂ ਬੜਾ ਸੁਚੇਤ ਰਹਿਣ ਦੀ ਲੋੜ ਹੈ। ਸਾਡਾ ਘੋਰ ਐਡਾ ਵੱਡਾ ਸਿਖਰਾਂ ਤੇ ਜਾ ਚੁੱਕਿਆ ਹੈ, ਇਹ ਸਰਕਾਰ ਦੇ ਕਿਲਮਾਂ ਨੂੰ ਚੁੱਭਦਾ, ਔਰ ਸਰਕਾਰ ਨੇ ਇਹਨੂੰ ਫੇਲ ਕਰਨ ਲਈ ਹਰ ਇੱਕ ਹੀਲਾ ਵਰਤਣ ਦੀ ਕੋਸ਼ਿਸ਼ ਕਰਨੀ ਹੈ। ਇਹਨਾਂ ਨੇ ਘੱਟੋ ਘੱਟ 37,000 ਆਈ ਟੀ ਸੈੱਲ ਆਰ ਐਸ ਐਸ ਦਾ ਭਰਤੀ ਕੀਤਾ, 37,000 ਪ੍ਰਾਈਵੇਟ ਤਿਆਰ ਕੀਤੀ। ਇੱਕ ਜਿਹੜੀ ਆ ਤੁਹਾਡੇ ਘੋਲਾਂ ਚ ਘੁਸਪੈਠ ਕਰੂਗੀ ਆਈ ਟੀ ਸੈੱਲ, ਉਹ ਆ ਕੇ ਤੁਹਾਡੇ ਵੱਡੇ ਵੱਡੇ ਲੀਡਰ ਵੀ ਬਣ ਗਏ ਜਥੇਬੰਦੀਆਂ ਦੇ, ਤੁਹਾਨੂੰ ਗੁਮਰਾਹ ਕਰਕੇ ਐਨ ਘੋਲੂ ਸਿਖਰ ਤੇ ਲਿਜਾ ਕੇ ਤੁਹਾਡੇ ਪਿੱਛੇ ਛੁਰਾ ਮਾਰਨਗੇ। ਇਹ ਤਾਂ ਸੁਚੇਤ ਰਹਿਣ ਦੀ ਲੋੜ ਹੈ। ਸਭ ਤੋਂ ਵੱਡੀ ਗੱਲ ਜਿਹੜੀ ਮਤਲਬ ਆਰ ਐਸ ਦਾ ਏਜੰਡਾ ਹੈ, ਸਭ ਤੋਂ ਫਾਸੀਵਾਦ ਏਜੰਡਾ ਜਿਹੜਾ ਉਹ ਹੈ, ਉਹਨੂੰ ਲਾਗੂ ਕਰਨ ਲਈ ਤਰਲੋ ਮੱਛੀ ਕਰ ਰਿਹਾ। ਇਹ ਸਾਰੀਆਂ ਨੀਤੀਆਂ ਇੱਥੇ ਖੜੀਆਂ ਨੇ।